ਇਕਵਾ ਅਕਲ ਹਰ ਗਲੀ ਵਿੱਚ 10 ਤੋਂ 12 ਕੁੱਤੇ ਮੀਡੀਅਮ ਹੈ ਹੀ ਨਹੀਂ। ਉਹ ਕਈ ਜਗ੍ਹਾ ਤੇ ਬਹੁਤ ਜ਼ਿਆਦਾ 12 ਕੁੱਤੇ ਫਿਰ ਰਹੇ ਹੈਗੇ। ਇਹਦੇ ਵਾਸਤੇ ਅਗਰ ਕੋਈ ਕੁੱਤਾ ਕੋਈ ਕੁੱਤਾ ਕਿਸੇ ਨੂੰ ਕੱਟ ਜਾਂਦਾ ਹੈ ਤਾਂ ਉਹਦੇ ਵਾਸਤੇ ਕੋਈ ਕਿਸੇ ਪਰ ਕਮੇਟੀ ਜੇ ਲੋਕਲ ਮਿਊਂਸੀ ਕਾਰਪੋਰੇਸ਼ਨ ਕਮੇਟੀ ਹੋਏਗੀ ਉਹ ਜ਼ਿੰਮੇਵਾਰ ਹੋਏਗੀ। ਕਿ ਜਦੋਂ ਪਾਲਤੂ ਕੁੱਤੇ ਦੀ ਗੱਲ ਹੁੰਦੀ ਹੈ ਅਗਰ ਕੋਈ ਅਚਾਨਕ ਕੋਈ ਕਿਸੇ ਕੰਮ ਨੂੰ ਲੈ ਕੇ ਬੈਲ ਮਾਰਦੰਦਾ ਕੁੱਤਾ ਕੱਟ ਲੈਂਦਾ ਹੈਗਾ ਇਹਦੇ ਫਿਰ ਜੁਰਮਾਨਾ ਫਾਈਨ ਕਿਸ ਹਿਸਾਬ ਤੇ ਰਹਿੰਦਾ ਕਿ ਅਗਰ ਕੋਈ ਅਗਰ ਕਿਸੇ ਨੂੰ ਖਰੋਚ ਪੈ ਜਾਂਦੀ ਹੈ, ਟੰਗ ਤੇ ਆ, ਬਾਹ ਤੇ ਆ ਕਿਸੇ ਜਗ੍ਹਾ ਵੀ ਮਿਨੀਮਮ 10000 ਰੁਪਿਆ ਹੈ ਕਈ ਵਾਰ ਵੱਡਣ ਦੇ ਨਾਲ ਇਨਫੈਕਸ਼ਨ ਦੇ ਨਾਲ ਕੋਈ ਮੌਤ ਹੋ ਜਾਂਦੀ ਹੈ ਇਨਸਾਨ ਦੀ ਫਿਰ ਇਹਦਾ ਇਹ 302 ਤੱਕ ਦਾ ਚਾਰਜ ਲੱਗ ਸਕਦਾ ਹੈ ਜਿਸ ਦੇ ਉੱਤੇ ਹਾਂਜੀ ਕਿ ਪਿੰਡਾਂ ਦੇ ਵਿੱਚ ਅਕਸਰ ਦਿਖਦਾ ਹੈ ਕਿ گاਵਾ ਜਿਹੜੀਆਂ ਹੈਗੀਆਂ ਜਾਂ ਕੋਈ ਡੌਗਸ ਬਹੁਤ ਆਵਾਰਾ ਹੱਡਾ ਰੋੜੀ ਦੇ ਵੀ ਕੁੱਤੇ ਕਈ ਹੁੰਦੇ ਹੈਗੇ ਤਾਂ ਫਿਰ ਉਹਨਾਂ ਪਿੰਡਾਂ ਵਾਸਤੇ ਕੀ ਰੂਲ ਜਿਹੜਾ ਹੈਗਾ ਲੱਗ ਇਹ ਕੋਈ ਕਿਸੇ ਨੂੰ ਪੰਚਾਇਤ ਏਰੀਏ ਵਿੱਚ ਕੱਟ ਜਾਂਦਾ ਹੈ ਤੇ ਉਹਦਾ ਆਪਣਾ ਕਲੇਮ ਡੀਡੀਪੀ ਉਹ ਜਿਹੜਾ ਹੋਏਗਾ ਉਹਨੂੰ ਸਬਮਿਟ ਕਰੇਗਾ ਡਿਸਟ੍ਰਿਕਟ ਡਵੈਲਪਮੈਂਟ ਪੰਚਾਇਤ ਅਫਸਰ ਨੂੰ ਸਬਮਿਟ ਕਰੇਗਾ ਅੱਛੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਹਮਦਰ ਟੀਵੀ ਤੇ ਬਹਿ ਹਰਨਦੀਪ ਸਿੰਘ ਤਾਂ ਦੋਸਤੋ ਇਹ ਖਬਰ ਉਹਨਾਂ ਦੇ ਲਈ ਹੈ ਜਿਹੜੇ ਕੁੱਤੇ ਰੱਖਣ ਦੇ ਸ਼ਕੀਨ ਨੇ ਕਿਉਂਕਿ ਲਗਾਤਾਰ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਹੋ ਰੀਆਂ ਸੀਗੀਆਂ ਅਗਰ ਕਿਸੇ ਨੂੰ ਕੋਈ ਕੁੱਤਾ ਕੱਟ ਲੈਂਦਾ ਹੈਗਾ ਤਾਂ ਉਹਨੂੰ ਹੁਣ ਭਾਰੀ ਜਿਹੜਾ ਹੈਗਾ ਜੁਰਮਾਨਾ ਜਿਹੜਾ ਦੇਣਾ ਪਵੇਗਾ ਜਿਸ ਦੇ ਘਰ ਕੁੱਤਾ ਹੋਊਗਾ ਔਰ ਦੂਸਰਾ ਇਹ ਵੀ ਦੱਸਦੀ ਹੈ ਕਿ ਗਲੀ ਮਹੱਲੇ ਦੇ ਜਿਹੜੇ ਆ ਕੁੱਤੇ ਕੱਟ ਲੈਂਦੇ ਐ ਔਰ ਜਿਹਨੂੰ ਕੱਟਦੇ ਐ ਤਾਂ ਉਸ ਨੂੰ ਵੀ ਜਿਹੜਾ ਮੁਆਵਜ਼ਾ ਹੈਗਾ ਹੁਣ ਉਹ ਸਰਕਾਰ ਦੇਗੀ ਨਵੀਂ ਜਿਹੜੀ ਹੈਗੀ ਆ ਉਸ ਜੱਜਮੈਂਟ ਜਿਹੜੀ ਹੈਗਾ ਹਾਈ ਕੋਰਟ ਦੇ ਵੱਲੋਂ ਫੈਸਲਾ ਜਿਹੜਾ ਹੈਗਾ ਸੁਣਾਇਆ ਗਿਆ ਹੈਗਾ تمام جانکاری دے لیے ਸਾਡੇ ਨਾਲ ایڈووکیٹ سینئر ایڈووکیٹ جڑے ਨੇ ਗੁਰਪ੍ਰੀਤ ਸਿੰਘ ਕਪੂਰ ਸਾਡੇ ਨਾਲ ਨੇ ਇਹਨਾਂ ਤੋਂ ਹੀ ਜਾਣਨੇ ਕਿੰਨਾ ਜੁਰਮਾਨਾ ਜਿਹੜਾ ਹੈਗਾ ਹੁਣ ਦੇਣਾ ਪਵੇਗਾ ਕਿਸੇ ਨੂੰ ਕੁੱਤਾ ਵੱਢ ਲੈਂਦਾ ਹੈਗਾ ਤਾਂ ਗੱਲਬਾਤ ਕਰਦੇ ਅਸਰ ਸਵਾਗਤ ਹੈ ਤੁਹਾਡਾ ਹਮਦਰ ਟੂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਰ ਕਿਸ ਤਰ੍ਹਾਂ ਦੀ ਜੜੀ ਹੈਗੀ ਇਹ ਜਜਮੈਂਟ ਹਾਈ ਕੋਰਟ ਦਾ ਜਿਹੜਾ ਫੈਸਲਾ ਆਇਆ ਹੈਗਾ ਹਾਈ ਕੋਰਟ ਦਾ ਜਿਹੜਾ ਫੈਸਲਾ ਆਇਆ ਹੈਗਾ ਬੜੀ ਰਿਮਾਰਕੇਬਲ ਜਜਮੈਂਟ ਆਈ ਹੈ ਇਹਦੇ ਵਿੱਚ ਹਾਈ ਕੋਰਟ ਨੇ ਕਿਹਾ ਹੈ ਜੇ ਕੋਈ ਕੋ ਆਵਾਰਾ ਕੁੱਤਾ ਇਹ ਕਿਸੇ ਨੇ ਕੁੱਤੇ ਰੱਖੇ ਹੋਏ ਹੈ ਘਰ ਦੇ ਵਿੱਚ ਜੇ ਉਹ ਕਿਸੇ ਨੂੰ ਕੱਟ ਲੈਂਦਾ ਹੈਗਾ ਤੇ ਉਹਦਾ ਮਿਨੀਮਮ ਜਿਹੜਾ 10000 ਰੁਪਏ ਜੁਰਮਾਨਾ ਹੈ ਅਗਰ ਉਹ ਜ਼ਿਆਦਾ ਕਿਸੇ ਨੂੰ ਸਕਿਨ ਪਾੜ ਲੈਂਦਾ ਹੈ ਕੁਝ ਕਰ ਲੈਂਦਾ ਹੈ ਉਹਦਾ 0.2 ਸੈਂਟੀਮੀਟਰ ਪਰ ਰౌండ్ ਦੇ ਹਿਸਾਬ ਨਾਲ ਉਹਨੂੰ ਜੁਰਮਾਨਾ ਦੇਣਾ ਪਏਗਾ 20000 ਦੇ ਹਿਸਾਬ ਨਾਲ ਅੱਛਾ ਜਿਵੇਂ ਘਰੇਲੂ ਕੁੱਤਾ ਹੁੰਦਾ ਜਿਵੇਂ ਪਾਲਤੂ ਕੁੱਤੇ ਜਿਵੇਂ ਆਪਾਂ ਗੱਲ ਕਰ ਰਹੇ ਹੈਗੇ ਹਾਂ ਤੁਸੀਂ ਅੱਛਾ ਅਕਸਰ ਆਪਾਂ ਦੇਖਿਆ ਜਾਂਦਾ ਹੈ ਕਿ ਗਲੀ ਮਹੱਲੇ ਦੇ ਵਿੱਚ ਆਵਾਰਾ ਕੁੱਤਿਆਂ ਦਾ ਜਿਹੜਾ ਬਹੁਤ ਕਹਿਰ ਜਿਹੜਾ ਹੈਗਾ جاری ਹੈਗਾ ਉਹਦੇ ਵਾਸਤੇ ਫਿਰ ਕੀ ਲੱਗਦਾ ਹੈ ਦੇਖੋ ਅੱਜਕੱਲ੍ਹ ਹਰ ਗਲੀ ਵਿੱਚ 10 ਤੋਂ 12 ਕੁੱਤੇ ਮੀਨਮਮ ਹੈ ਹੀ ਨਹੀਂ ਨੇ ਉਹ ਕਈ ਜਗ੍ਹਾ ਤੇ ਬਹੁਤ ਜ਼ਿਆਦਾ ਵਾਰਾ ਕੁੱਤੇ ਫਿਰ ਰਹੇ ਹੈਗੇ ਇਹਦੇ ਵਾਸਤੇ ਅਗਰ ਕੋਈ ਕੁੱਤਾ ਦਾ ਵਾਰਾ ਕੁੱਤਾ ਕਿਸੇ ਨੂੰ ਕੱਟ ਜਾਂਦਾ ਹੈ ਤਾਂ ਉਹਦੇ ਵਾਸਤੇ ਮਿਊਨਿਸਪਲ ਕਮੇਟੀ ਜਿਹੜੀ ਲੋਕਲ ਮਿਨਸੀ ਕਾਰਪੋਰੇਸ਼ਨ ਕਮੇਟੀ ਹੋएगी ਉਹ ਜ਼ਿੰਮੇਵਾਰ ਹੋਏਗੀ ਉਹਦੇ ਰਿਗਾਰਡਿੰਗ ਆਪਣਾ ਕਲੇਮ ਬੰਦਾ ਸਬਮਿਟ ਕਰ ਸਕਦਾ ਹੈ ਉਹ ਵੀ ਪੁਲਿਸ ਰਿਪੋਰਟ ਕਰਾ ਕੇ ਉਹਨੂੰ ਡੀਡੀਆ ਘਟਾਉਣੀ ਪਵੇਗੀ ਮੌਕੇ ਤੇ ਪੁਲਿਸ ਆ ਕੇ ਨਕਸ਼ਾ ਤਿਆਰ ਕਰੇਗੀ ਉਹਦੀ ਜਿਹੜੀ ਸਬਮਿਸ਼ਨ ਉਸ ਤੋਂ ਬਾਅਦ ਹੋਏਗੀ ਐਡਵੋਕੇਟ ਸਾਹਿਬ ਇੱਥੇ ਪੁੱਛਣਾ ਚਾਹਾਂਗੇ ਕਿ ਜਿਵੇਂ ਪਾਲਤੂ ਕੁੱਤੇ ਦੀ ਗੱਲ ਹੁੰਦੀ ਹੈ ਅਗਰ ਕੋਈ ਅਚਾਨਕ ਕੋਈ ਕਿਸੇ ਕੰ ਦੇਣੇ ਕਿ ਇਹ ਕੋਈ ਲਿਆਦਾ ਲਿਆਦਾ ਕੈਟਾਗਰੀ ਬਣਾਈ ਗਈ ਹੈ ਹਾਂਜੀ ਇਹਦੀ ਕੈਟਾਗਰੀ ਇਸ ਤਰ੍ਹਾਂ ਬਣਾਈ ਹੈ ਜੀ ਮਿਨੀਮਮ ਅਗਰ ਕੋਈ ਸਕ੍ਰੈਚ ਅਗਰ ਕਿਸੇ ਨੂੰ ਖਰੋਚ ਪੈ ਜਾਂਦੀ ਹੈ ਟੰਗ ਤੇ ਆ ਬਾਹਾਂ ਤੇ ਆ ਕਿਸੇ ਜਗ੍ਹਾ ਵੀ ਮਿਨੀਮਮ 10000 ਰੁਪਇਆ ਹੈ ਅਗਰ ਉਸ ਤੋਂ ਉੱਪਰ ਅਗਰ ਮਗਦਾ ਕੋਈ ਦੁਬਾਰਾ ਮਾਸ ਉਤਾਰ ਕੇ ਲੈ ਜਾਂਦਾ ਹੈ ਜਾਂ ਕੋਈ ਉਹਨੂੰ ਜਿਆਦਾ ਵਾਉਂਡ ਉਹਦੇ ਤਿੱਖੇ ਦੰਦ ਉਹਦੇ ਇਨਸਾਨ ਦੇ ਸਰੀਰ ਵਿੱਚ ਚਲੇ ਜਾਂਦੇ ਨੇ ਤੇ 0.2 ਸੈਂਟੀਮੀਟਰ ਪਰ ਜੇ ਤੋਂ ਪਰ 20000 ਦੇ ਰਸ ਤੋਂ ਆਪਨਾ ਫਾਈਨ ਹੈ ਫਾਈਨ ਹੈਗਾ ਸਰ ਅ اچھا ਇਹਦੇ ਵਿੱਚ ਹੁੰਦਾ ਜੇ ਮੈਂ ਪਾਲਤੋ ਕੁੱਤਾ ਹੁੰਦਾ ਕੋਈ ਆਪਣਾ ਕੰਮ ਗਿਆ ਹੁੰਦਾ ਅਚਾਨਕ ਕੁੱਤਾ ਕੱਟ ਲੈਂਦਾ ਹੈਗਾ ਤਾਂ ਅਗਲਾ ਕਹਿੰਦਾ ਕਿ ਜ਼ਿੰਮੇਵਾਰੀ ਸਾਡੀ ਨਹੀਂ ਬਣਦੀ ਇਹ ਸਾਨੂੰ ਵੀ ਥੋੜਾ ਧਿਆਨ ਰੱਖਣਾ ਚਾਹੀਦਾ ਜਿਨ੍ਹਾਂ ਲੋਕਾਂ ਨੂੰ ਆਪਣੇ ਘਰ ਦੇ ਬਾਹਰ ਬਿਵੈਰ ਆਫ ਡੌਗਸ ਦਾ ਜਾਂ ਕੋਈ ਹੋਰ ਕੋਈ ਐਨੀਮਲ ਰੱਖਿਆ ਹੈ ਜਾਂ ਕੋਈ ਕਿਸੇ ਨੇ ਪਸ਼ੂ ਪੰਛੀ ਰੱਖਿਆ ਕੁਝ ਰੱਖਿਆ ਉਹ ਲਗਾਉਣਾ ਬਹੁਤ ਜ਼ਰੂਰੀ ਹੈ ਜਿਨ੍ਹਾਂ ਦਾ ਬੰਦਾ ਅਚੇਤ ਰਹੇ ਅਗਰ ਇਹ ਗਲਤੀ ਹੁੰਦੀ ਹੈ ਤੇ ਦਾ ਜ਼ਿੰਮੇਵਾਰ ਖੁਦ ਨਾਗਰਿਕ ਕਿੰਨੇ ਚਿਰ ਬਾਅਦ ਜਿਹੜਾ ਹੈਗਾ ਇਹ ਫੈਸਲੇ ਦੀ ਸੁਣਵਾਈ ਹੋਈ ਹੈਗੀ ਹੁਣ ਜਿਹੜਾ ਜਜਮੈਂਟ ਆਈ ਹੈ ਇਹ ਕਾਫੀ ਟਾਈਮ ਤੋਂ ਪੇਟੀਸ਼ਨਰ ਪੈਂਡਿੰਗ ਸੀ ਜੀ 193 ਪੇਟੀਸ਼ਨਾਂ ਜਸਟਿਸ ਵਿਨੋਦ ਕੁਮਾਰ ਭਾਰਤਵਾਜ ਨੇ ਡਿਸਪੋਜ਼ ਆਫ ਕੀਤੀਆਂ ਨੇ ਔਰ ਬਹੁਤ ਹੀ ਅੱਛੀ ਜਜਮੈਂਟ ਆਈ ਹੈਗੀ ਹੈ ਜਿਹਦੇ ਨਾਲ ਕਾਫੀ ਲੋਕਾਂ ਨੂੰ ਫਾਇਦਾ ਹੋਏਗਾ ਅੱਜ ਦੀ ਡੇਟ ਦੇਖਿਆ ਜਾ ਪੰਜਾਬ ਵਿੱਚ 5 ਤੋਂ 5.5 ਹਜ਼ਾਰ ਦੇ ਆંકੜੇ ਹੈਗੇ ਨੇ ਜੋ ਕੁੱਤਿਆਂ ਨੇ ਲੋਕਾਂ ਨੂੰ ਜਾਂ ਪੈਸਾ ਨੇ ਜਾਂ گاਵਾਂ ਨੇ ਸਾਡਾ ਨੁਕਸਾਨ ਕੀਤਾ ਹੈਗਾ ਲੋਕਾਂ ਦਾ ਅੱਛਾ ਐਡਵੋਕੇਟ ਸਾਹਿਬ ਅੱਪਾ ਇਹ ਵੀ ਜਾਨਣਾ ਚਾਹਾਂਗੇ ਕਿ ਜਿਵੇਂ ਜਜਮੈਂਟ ਦੀ ਕਾਪੀ ਹੁਣ ਆਈ ਹੈਗੀ ਹੈ ਤਾਂ ਕਿਸੇ ਨੂੰ 2 ਮਹੀਨੇ ਪਹਿਲਾਂ ਕੁੱਤੇ ਨੇ ਵੱਡਿਆ ਹੋਇਆ ਹੈਗਾ ਜਾਂ ਕੋਈ ਕੰਪਲੇਂਟ ਹੈ ਉਸ ਚੀਜ਼ ਦਾ ਵੀ ਮੁਆਵਜ਼ਾ ਜਿਹੜਾ ਮਿਲੂਗਾ ਦੇਖੋ ਇਸ ਬਾਰੇ ਅਗਰ ਪੈਟੀਸ਼ਨ ਚ ਲਿਖਿਆ ਹੈਗਾ ਰੈਟਰੋਸਪੈਕਟਿਵ ਹੈ ਤਾਂ ਰੈਟਰੋਸਪੈਕਟਿਵ ਸਾਨੂੰ ਦਾ ਪਿਛਲਾ ਮਿਲੇਗਾ ਅਗਰ ਪ੍ਰੋਸਪੈਕਟਿਵ ਹੈ ਤਾਂ ਪ੍ਰੋਸਪੈਕਟਿਵ ਮਿਲੇਗਾ ਮਤਲਬ ਅੱਜ ਤੋਂ ਲਾਗੂ ਹੁੰਦਾ ਹੈ ਇਹ 8ਵੇਂ 9ਵੇਂ ਮਹੀਨੇ ਤੋਂ ਲਾਗੂ ਹੋ ਚੁੱਕਾ ਹੈ ਤੇ ਇਸ ਬਾਰੇ ਤੁਸੀਂ ਅਗਰ ਕੋਈ ਕਿਸੇ ਦੀ ਗਾਂ ਕਿਸੇ ਨੂੰ ਕਾਰ ਨੂੰ ਹਿੱਟ ਕਰ ਜਾਂਦੀ ਹੈ ਮਹਾਈਵੇ ਦੇ ਉੱਤੇ ਚਾਹੇ ਉਹ ਹਾਈਵੇ ਪੀਡਬਲਯੂ ਦੇ ਵਿੱਚ ਆਂਦਾ ਹੈ ਤੇ ਪੀਡਬਲਯੂ ਨੂੰ ਆਪਣਾ ਕਲੇਮ ਸਬਮਿਟ ਕਰੇਗਾ ਅਗਰ ਐਨਐਚਏ ਦੇ ਅੰਦਰ ਆਂਦਾ ਐਨਐਚਏ ਨੂੰ ਕੰਪਲੇਨਟ ਕਰੇਗਾ ਅੱਛਾ ਵਕੀਲ ਸਾਹਿਬ ਦੇਖਿਆ ਜਾਂਦਾ ਹੈਗਾ ਪਰ ਰੋਡ ਦੇ ਉੱਤੋਂ ਜਾਣਿਆ ਤਾਂ ਸਭ ਤੋਂ ਪਹਿਲਾਂ ਪਿੰਡਾਂ ਦੀ ਗੱਲ ਕਰਾਂਗੇ ਕਿ ਪਿੰਡਾਂ ਦੇ ਵਿੱਚ ਅਕਸਰ ਦਿਖਦੇ ਹੈਗੇ گا گاਵਾ ਜਿਹੜੀਆਂ ਹੈਗੀਆਂ ਜਾਂ ਕੋਈ ਡੌਗਸ ਬਹੁਤ ਆਵਾਰਾ ਹੱਡਾ ਰੋੜੀ ਦੇ ਵੀ ਕੁੱਤੇ ਕਈ ਹੁੰਦੇ ਹੈਗੇ ਤਾਂ ਫਿਰ ਉਹਨਾਂ ਪਿੰਡਾਂ ਵਾਸਤੇ ਕੀ ਰੂਲ ਜਿਹੜਾ ਹੈਗਾ ਲੱਗ ਛੇ ਕੋਈ ਕਿਸੇ ਨੂੰ ਪੰਚਾਇਤ ਏਰੀਆ ਵਿੱਚ ਕੱਟ ਜਾਂਦਾ ਹੈ ਤੇ ਉਹਦਾ ਆਪਣਾ ਕਲੇਮ ਡੀਡੀਪੀ ਹੋ ਜਿਹੜਾ ਹੋਏਗਾ ਉਹਨੂੰ ਸਬਮਿਟ ਕਰੇਗਾ ਡਿਸਟ੍ਰਿਕਟ ਡਵੈਲਪਮੈਂਟ ਪੰਚਾਇਤ ਅਫਸਰ ਨੂੰ ਸਬਮਿਟ ਕਰੇਗਾ اچھا ਕੁੱਤੇ ਨੂੰ ਜਿਵੇਂ ਵੱਡਿਆ ਜਾਂਦਾ ਹੈਗਾ ਕਿਸੇ ਇਨਸਾਨ ਨੂੰ ਕੁੱਤਾ ਵੱਡ ਲੈਂਦਾ ਹੈਗਾ ਤਾਂ ਸਭ ਤੋਂ ਪਹਿਲਾਂ ਉਹਨੂੰ ਕਿੱਥੇ ਜਾਣਾ ਚਾਹੀਦਾ ਹੈ ਕਿ ਜੇ ਪਹਿਲੇ ਹਸਪਤਾਲ ਜਿਵੇਂ ਆਪਣਾ ਸਭ ਤੋਂ ਪਹਿਲੇ ਤੇ ਸਾਈ ਸਾਹਿਬ ਨੂੰ ਪੁਲਿਸ ਰਿਪੋਰਟ ਕਰਕੇ ਆਪਣੀ ਐਮਐਲਆਰ ਘਟਾਣੀ ਪੈਗੀ ਸਰਕਾਰੀ ਹਸਪਤਾਲ ਤੋਂ ਉਸ ਤੋਂ ਬਾਅਦ ਉਸ ਪੁਲਿਸ ਦਾ ਮੌਕਾ ਨਕਸ਼ਾ ਤਿਆਰ ਕਰੇਗੀ ਉਸ ਤੋਂ ਬਾਅਦ ਸਾਰੀ ਕਾਰਵਾਈ ਸ਼ੁਰੂ ਹੋਏਗੀ ਵਿਦਨ 6 ਵੀਕਸ ਦੇ ਵਿੱਚ ਆਪਣੀ ਪੁਲਿਸ ਆਪਣੀ ਰਿਪੋਰਟ ਸਬਮਿਟ ਕਰੇਗੀ ਅਛਾ ਮੈਨੂੰ ਲੱਗਿਆ ਕਿ ਸਭ ਤੋਂ ਟਾਈਮ ਆਊਟ ਕੀਤਾ ਗਿਆ ਸਾਰੀ ਪਟੀਸ਼ਨ ਨੂੰ ਕਿ 6 ਹਫ਼ਤੇ ਦੇ ਅੰਦਰ ਅੰਦਰ ਤੁਸੀਂ ਆਪਣੀ ਰਿਪੋਰਟ ਸਬਮਿਟ ਕਰਨੀ ਹੈ ਅਛਾ ਇੱਕ ਇਹ ਦੇਖਿਆ ਜਾਂਦਾ ਹੈਗਾ ਕਿ ਬਹੁਤ ਸਾਰੀਆਂ ਜਿਹੜੀਆਂ ਨਸਲਾਂ ਨੇ ਜਿਹੜੀਆਂ ਉਹ ਭਾਰਤ ਦੇ ਵਿੱਚ ਵੀ ਬੈਨ ਹੈਗੀਆਂ ਨੇ ਪੁੱਟ ਪੁੱਟ ਲਾ ਕੇ ਕੁੱਤੇ ਨੂੰ ਲਾ ਕੇ ਚੱਲੀ ਆਪਾਂ ਇਸ ਚੀਜ਼ ਨੂੰ ਵੀ ਲੈ ਕੇ ਕੋਈ ਫੈਸਲੇ ਦੇ ਵਿੱਚ ਆਇਆ ਹੈਗਾ ਨੇ ਇਸ ਤਿਸ ਨੂੰ ਲੈ ਕੇ ਫੈਸਲਾ ਲਿਆ ਕਿ ਜਿਹੜਾ ਬੈਨ ਆਈਟਮ ਹੈ ਬੈਨ ਕੁੱਤੇ ਹੈਗੇ ਨੇ ਉਹਨਾਂ ਨੂੰ ਨਾ ਰੱਖਿਆ ਜੇ ਤਾਂ ਚੰਗੀ ਗੱਲ ਹੈ ਜੇ ਕੋਈ ਕਿਸੇ ਨੂੰ ਕੱਟ ਲੈਂਦੇ ਨੇ ਤਾਂ ਇਹਦਾ ਜ਼ਿਆਦਾ ਮੁਸੀਬਤ ਹੋ ਸਕਦੀ ਹੈ ਜੀ ਇਹਦਾ ਮਾਲਕ ਨੂੰ ਅੱਛਾ ਇੱਕ ਗੱਲ ਹੋਰ ਹੁੰਦੀ ਹੈ ਜਿਵੇਂ ਕੁੱਤਾ ਰੱਖਿਆ ਹੋਇਆ ਹੈਗਾ ਘਰ ਦੇ ਵਿੱਚ ਕੋਈ ਇਹਦੀ ਪਰਮਿਸ਼ਨ ਜਾਂ ਕੋਈ ਇਹਦੀ ਮੈਡੀਕਲ ਜਾਂ ਕੋਈ ਵੈਕਸੀਨੇਸ਼ਨ ਹੋਈ ਹੈ ਨਹੀਂ ਹੋਈ ਇਸ ਚੀਜ਼ ਨੂੰ ਲੈ ਕੇ ਵੀ ਕੋਈ ਇਸ ਤਰ੍ਹਾਂ ਦਾ ਹੋਇਆ ਹਾਂਜੀ ਇਸ ਵਾਸਤੇ ਤੁਸੀਂ ਸਭ ਤੋਂ ਪਹਿਲੇ ਤੇ ਜੇ ਕੋਈ ਕੁੱਤਾ ਤੁਸੀਂ ਕੋਈ ਕੁੱਤਾ ਰੱਖਦੇ ਹੈਗੇ ਉਹ ਚਾਹੇ ਉਹ ਪਿਟ ਬੁੱਲ ਹੈ ਚਾਹੇ ਅਮਰੀਕਨ ਪੁਲੀ ਹੈ ਚਾਹੇ ਰੋਟਵਿਲਰ ਹੈ ਚਾਹੇ ਜਰਮਨ ਸ਼ੈਫਰਡ ਰਿਜਿਸਟ੍ਰੇਸ਼ਨ ਕਰਾਓ ਆਪਣਾ ਫਾਰਮ ਭਰੋ ਵੈਕਸੀਨੇਸ਼ਨ ਕਾਰਡ ਦਿਓ ਉਹਦਾ ਪੈਰੈਂਟਲ ਦੱਸਿਆ ਜਾਏਗਾ ਕਿੱਥੋਂ ਤੁਸੀਂ ਕੁੱਤਾ ਲਿੱਤਾ ਹੈਗਾ ਕਿੱਥੋਂ ਤੁਸੀਂ ਦੀ ਕਿਹੜੀ ਬਰੀਡ ਦਾ ਹੈਗਾ ਵਕੀਲ ਸਾਹਿਬ ਜਿਵੇਂ گاਵਾ ਮੱਜਾ ਨੂੰ ਲੈ ਕੇ ਜਿਹੜੇ ਤੁਸੀਂ ਦੱਸੇ ਗੱਡੀਆਂ ਨੂੰ ਹਿੱਟ ਕਰ ਜਾਂਦੇ ਹੈਗਾ ਜਾਂ ਉਹਦਾ ਉਹਦੇ ਵਿੱਚ ਵੀ ਸੇਮ ਕਲੇਮ ਹੋਊਗਾ ਇਹਦੇ ਹਾਂਜੀ ਬਿਲਕੁਲ ਹੋਏਗਾ ਜੀ ਜੇ ਕੋਈ ਹਾਈਵੇਅ ਦੇ ਉੱਤੇ ਕੋਈ ਗਾਂ ਅੱਗੇ ਆ ਜਾਂਦੀ ਗੱਡੀ ਤੇ ਔਰ ਉਹਨੂੰ ਹਿੱਟ ਕਰਕੇ ਉਹਦਾ ਨੁਕਸਾਨ ਹੋ ਜਾਂਦਾ ਹੈ ਜੇਕਰ ਉਹ ਰੋਡ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਨੇ ਬਣਾਈ ਹੈ ਤਾਂ ਉਹਦਾ ਜ਼ਿੰਮੇਵਾਰ ਉਹ ਹੋਏਗੀ ਕਿਉਂਕਿ ਜਿਹੜੇ ਸਾਡੇ ਕੋਲ ਟੋਲ ਵਸੂਲ ਕਰ ਰਹੇ ਨੇ ਤੇ ਜਿੰਮੀ ਮਾਰੂ ਦਾ ਉਹ ਹੈਗੇ ਨੇ ਜੇ ਕੋਈ ਸਨੋਟ ਜਿਹੜੇ ਸਟੇਟ ਹਾਈਵੇ ਨੇ ਪੀਡਬਲਯੂ ਤਿਆਰ ਕੀਤੇ ਨੇ ਉਹ ਆਪਣਾ ਕਲੇਮ ਜਿਹੜਾ ਹੈ ਪੀਡਬਲਯੂ ਅਫਸਰ ਕੋਲ ਅ ਕਰੇਗਾ ਅਚਾ ਜਿਵੇਂ ਤੁਸੀਂ ਦੱਸਿਆ ਕਿ ਕਾਰਪੋਰੇਸ਼ਨ ਤੋਂ ਲੈ ਕੇ ਦੱਸਣਾ ਪੈਂਦਾ ਹੈਗਾ ਜਾਂ ਵੈਕਸੀਨੇਸ਼ਨ ਜਿਹੜੀ ਹੈ ਲਗਵਾਣੀ ਜ਼ਰੂਰੀ ਹੈ ਇਹਦਾ ਫਿਰ ਕੋਈ ਸਰਟੀਫਿਕੇਟ ਵਗੈਰਾ ਮਿਲਦਾ ਆਏਗਾ ਜਿਵੇਂ ਘਰ ਕੁੱਤਾ ਰੱਖਿਆ ਹੁੰਦਾ ਹਾਂਜੀ ਸਰ ਬਿਲਕੁਲ ਤੁਹਾਨੂੰ ਡਾਕਟਰ ਜਿਹੜਾ ਹੈ ਵੈਟਰਨਰੀ ਹਸਪੀਟਲ ਵਾਲੇ ਜਾਂ ਸਰਕਾਰੀ ਵਾਲੇ ਜਾਂ ਕੋਈ ਪ੍ਰਾਈਵੇਟ ਹੈਗੇ ਨੇ ਉਹ ਤੁਹਾਨੂੰ ਸਰਟੀਫਿਕੇਟ ਦੇਣਗੇ ਕਿ ਮੈਨੂੰ ਵੈਕਸੀਨੇਸ਼ਨ ਕੀਤੀ ਅਜਾਸੀ ਬਹੁਤ ਤਰ੍ਹਾਂ ਦੇ ਦੇਖਦੇ ਆਂ ਕਈ ਜਿਹੜੇ ਹੈਗਾ ਡੌਗਸ ਲਵਰ ਹੁੰਦੇ ਹੈਗੇ ਆ ਆਪਾਂ ਦੇਖਿਆ ਰੋਡ ਦੇ ਉੱਤੇ ਹੀ ਜਿਹੜਾ ਉਹਨਾਂ ਨੂੰ ਰੋਟੀ ਪਾ ਰਹੇ ਹੁੰਦੇ ਆ ਦੁੱਧ ਪਾ ਰਹੇ ਹੁੰਦੇ ਹੈਗੇ ਆ ਤਾਂ ਉਸ ਚੀਜ਼ ਨੂੰ ਲੈ ਕੇ ਵੀ ਕੁਝ ਦੇਖਿਆ ਗਿਆ ਕਿਸੇ ਚੀਜ਼ ਨੂੰ ਦੇਖੋ ਇਹ ਤੁਸੀਂ ਆਪਣਾ ਧਿਆਨ ਕਰਕੇ ਕਰੋ ਜੀ ਕਲੋ ਜਿਹੜੇ ਡੌਗਸ ਹੋ ਗਏ ਨੇ ਐਗਰੈਸਿਵ ਹੋ ਜਾਂਦੇ ਨੇ ਕਈ ਵਾਰੀ ਚਾਰ ਚਾਰ ਕੁੱਤੇ ਇਕੱਠੇ ਹੋਣ ਦੇ ਕਿਨੂੰ ਪਾਓਗੇ ਦੂਜੇ ਐਗਰੈਸਿਵ ਹੋ ਜਾਣਗੇ ਇਹਦਾ ਨੁਕਸਾਨ ਕਿਸੇ ਵੀ ਕਿਸੇ ਵੀ ਇਨਸਾਨ ਨੂੰ ਹੋ ਸਕਦਾ ਹੈ ਲੇਕਿਨ ਉਹਦਾ ਜਿਹੜਾ ਅਗਰ ਕੁਝ ਐਸਾ ਹੁੰਦਾ ਤਾਂ ਕਲੇਮ ਵਾਸਤੇ ਕਮੇਟੀ ਜ਼ਿੰਮੇਵਾਰ ਹੈ ਕਾਰਪੋਰੇਸ਼ਨ ਤਾਂ ਬਿਲਕੁਲ ਐਸਾ ਸਾਡੇ ਨਾਲ ਸੀਨੀਅਰ ਐਡਵੋਕੇਟ ਗੁਰਪ੍ਰੀਤ ਸਿੰਘ ਕਪੂਰ ਜਿਨ੍ਹਾਂ ਨੇ ਸਾਫ਼ ਤੌਰ ਤੇ ਵਿਸਤਾਰ ਦੇ ਨਾਲ ਸਮਝਾਇਆ ਹੈਗਾ ਕਿ ਕਿਸ ਤਰ੍ਹਾਂ ਜੁਰਮਾਨਾ ਅਗਰ ਜਿਹੜੇ ਕੁੱਤੇ ਰੱਖਣ ਦੇ ਸ਼ਕੀਨ ਨੇ ਉਹ ਖਬਰ ਜਿਹੜੇ ਨੇ ਸੁਣ ਵੀ ਰਹੇ ਨੇ ਔਰ ਦੇਖ ਵੀ ਰਹੇ ਨੇ ਔਰ ਜਿਹੜੇ ਬਹੁਤ ਤਰ੍ਹਾਂ ਦੇ ਜਿਹੜਾ ਇਹ ਲੰਬੇ ਸਮੇਂ ਤੋਂ ਇੱਕ ਪਟੀਸ਼ਨਾਂ ਜਿਹੜੀਆਂ ਪੈਂਡਿੰਗ ਚੱਲ ਰਹੀਆਂ ਸੀ ਹੁਣ ਜੱਜਮੈਂਟ ਜਿਹੜੀ ਆ ਚੁੱਕੀ ਹੋਈ ਹੈ ਭਾਰੀ ਜੁਰਮਾਨਾ 10000 ਰੁਪਏ ਤੋਂ ਸ਼ੁਰੂ ਹੋ ਜਾਏਗਾ ਔਰ ਅੱਛਾ ਵਕੀਲ ਸਾਹਿਬ ਇੱਕ ਹੋਰ ਪੁੱਛਾਂਗੇ ਕਿ ਜਿਵੇਂ ਜੁਰਮਾਨੇ ਦੀ ਗੱਲ ਕੀਤੀ ਜਾ ਰਹੀ ਹੈਗੀ ਇਹ ਤਾਂ ਜੁਰਮਾਨੇ ਤੋਂ ਬਾਅਦ ਕੋਈ ਅਗਰ ਕੇਸ ਚੱਲਦਾ ਹੈ ਕੋਈ ਸਜ਼ਾ ਤੱਕ ਵੀ ਜਾ ਸਕਦੀ ਹੈ ਇਹ ਦੇਖੋ ਐਨੀਮਲ ਪ੍ਰੋਟੈਕਸ਼ਨ ਐਟ 1969 ਦੇ ਵਿੱਚ ਸੈਕਸ਼ਨ 29 ਦੇ ਵਿੱਚ ਪ੍ਰਾਵਧਾਨ ਹੈ ਅਗਰ ਇਸ ਤਰ੍ਹਾਂ ਕਲੇਮ ਨਹੀਂ ਹੁੰ ਅਗਰ ਜ਼ਿਆਦਾ ਮਲ ਵਟਿਆ ਜਾਂਦਾ ਹਾਂ ਹਾਂ ਹਾਂਜੀ ਜ਼ਿਆਦਾ ਵੜਾ ਅਚਾ ਕਈ ਵਾਰੀ ਵੱਡਣ ਦੇ ਨਾਲ ਇਨਫੈਕਸ਼ਨ ਦੇ ਨਾਲ ਕੋਈ ਮੌਤ ਹੋ ਜਾਂਦੀ ਹੈ ਇਨਸਾਨ ਦੀ ਫੇਰ ਇਹਦਾ ਇਹ 302 ਤੱਕ ਦਾ ਚਾਰਜ ਲੱਗ ਸਕਦਾ ਹੈ ਜੀ ਇਸ ਦੇ ਉੱਤੇ ਵੀ ਹਾਂਜੀ ਅਗਰ ਮੌਤ ਹੋ ਜਾਂਦੀ ਹੈ ਮੌਤ ਹੋ ਜਾਂਦੀ ਹੈ ਤਾਂ ਬਿਲਕੁਲ ਜਿਸ ਤਰ੍ਹਾਂ ਬਿਲਕੁਲ ਸਮਝਾਇਆ ਉਹਨਾਂ ਨੇ ਕਿ ਅਗਰ ਹੋ ਸਕਦਾ ਹੈ ਕਿ ਅਗਰ ਮੌਤ ਹੋ ਜਾਂਦੀ ਹੈ ਇਨਫੈਕਸ਼ਨ ਹੋ ਜਾਂਦਾ ਹੈ ਜ਼ਿਆਦਾ ਫੈਲ ਜਾਂਦੀ ਹੈ ਤਾਂ 302 ਦੀ ਧਾਰਾ ਜਿਹੜਾ ਪਰਚਾ ਉਸਤੇ ਵੀ ਦਰਜ ਹੋ ਸਕਦਾ ਹੈਗਾ ਔਰ ਸਭ ਤੋਂ ਵੱਡੀ ਗੱਲ ਆਵਾਰਾ ਕੁੱਤੇ ਅਗਰ ਵੱਢ ਲੈਂਦੇ ਆ ਤਾਂ ਉਹਦੀ ਕਾਰਪੋਰੇਸ਼ਨ ਜਿਹੜੀ ਹੈਗੀ ਆ ਬਣਦਾ ਮੁਆਵਜ਼ਾ ਦੇਗੀ ਅਗ ਤਾਂ ਉਸ ਨੂੰ ਜਿਹੜਾ ਹੈਗਾ ਵਾ ਘਰ ਵਾਲਿਆਂ ਨੂੰ ਕੁੱਤਾ ਜਿਹੜਾ ਹੈਗਾ ਉਹਦਾ ਜੁਰਮਾਨਾ ਭਰਨਾ ਪੈਗਾ ਜਿਸ ਨੂੰ ਕੁੱਤੇ ਨੇ ਕੱਟਿਆ ਹੋਵੇ ਬਾਕੀ ਪਿੰਡਾਂ ਨੂੰ ਲੈ ਕੇ ਵੀ ਦੱਸਿਆ ਕਿ ਬीडीपीਓ ਨੂੰ ਜਾ ਕੇ ਦੱਸਣਾ ਹੋਵੇਗਾ ਜਿਸ ਤਰ੍ਹਾਂ ਜਿਸ ਤਰ੍ਹਾਂ ਵੀ ਹੋਏਗਾ ਪਹਿਲਾਂ ਪੁਲਿਸ ਸਟੇਸ਼ਨ ਜਾਣਾ ਪੈਗਾ ਐਮਐਲਆਰ ਕਟਾਣੀ ਪੈਗੀ ਤਾਂ ਬੰਦਾ ਮੁਆਵਜ਼ਾ ਜਿਹੜਾ ਹੈਗਾ ਉਹ 30 ਡੇਸ ਦੇ ਵਿੱਚ ਜਿਹੜਾ ਹੈਗਾ ਉਹ ਮਿਲੇਗਾ ਤਾਂ ਇਹ ਵੀ ਦੱਸ ਦਿਆ ਕਿ ਜਿਹੜਾ ਡीडीਪੀਓ ਦੱਸਿਆ ਜਵੇਂ ਪਿੰਡਾਂ ਦੇ ਵਿੱਚ ਬਾਕਸਰ ਦੇਖ ਦੇਗਾ ਹੱਡਾ ਰੋੜੀ ਦੇ ਕੁੱਤੇ ਹੁੰਦੇ ਹੈਗੇ ਲਗਾਤਾਰ ਵੱਢ ਲੈਂਦੇ ਹੈਗੇ ਤਾਂ ਬੰਦਾ ਦੇਖਦਾ ਕਿ ਕਿਸ ਨੂੰ ਜਾ ਕੇ ਇਹ ਲਵਾਰਸ ਕੁੱਤੇ ਨੇ ਤਾਂ ਇਹ ਜਾ ਕੇ ਡीडीਪੀਓ ਨੂੰ ਵੀ ਜਾ ਕੇ ਜਿਹੜਾ ਹੈਗਾ ਉਹ ਵੀ ਜਿਸ ਨੂੰ ਕੁੱਤਾ ਕੱਟ ਲੈਂਦਾ ਹੈ ਉਹਨੂੰ ਮਿਲੇਗਾ ਬਾਕੀ ਹੋਰ ਅਪਡੇਟਸ ਲਈ ਦੇਖਦੇ ਰਹੋ ਹਮਦਰ ਟੀਵੀ ਕੈਮਰਾ ਪਰਸਨ ਰਾਜੀਵ ਦੇ ਨਾਲ ਰਣਜੀਤ ਸਿੰਘ ਪਟਿਆਲਾ